ਅੱਜ ਮਖੌਟਾ ਸੀਐਮ ਨੇ ਅਸਲ ਵਿੱਚ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਪੰਜਾਬ ਵਿੱਚ ਇਸ ਸਵਾਲ ਸੋਸ਼ਲ ਮੀਡੀਆ ਉੱਪਰ ਆਮ ਉੱਠ ਰਹੇ ਨੇ ਅਸਲ ਵਿੱਚ ਦਿੱਲੀ ਪੰਜਾਬ ਨੋਲੇਜ ਸ਼ੇਅਰ ਐਗਰੀਮੈਂਟ ਪਿੱਛੋਂ ਇੱਕ ਹੋਰ ਸ਼ਗੋਫਾ ਆਮ ਆਦਮੀ ਪਾਰਟੀ ਨੇ ਛੱਡ ਦਿੱਤਾ ਹੈ ਪੰਜਾਬ ਵਿੱਚ ਇੱਕ ਹਾਈ ਲੈਵਲ ਐਡਵਾਈਜ਼ਰੀ ਬੋਡੀ ਬਣਾਉਣ ਦੀ ਤਿਆਰੀ ਹੈ ਪਰ ਇਸ ਬੋਡੀ ਦੀ ਕਮਾਂਡ ਦਿੱਲੀ ਨਾਲ ਸੰਬੰਧਿਤ ਕਿਸੇ ਵੱਡੇ ਆਗੂ ਨੂੰ ਸੌਂਪਣ ਦੇ ਚਰਚੇ ਨੇ ਇਸ ਦਰਮਿਆਨ ਰਾਘਵ ਚੱਡਾ ਨੂੰ ਡਿਪਟੀ ਸੀਐਮ ਲਗਾਉਣ ਦੇ ਚਰਚੇ ਸੋਸ਼ਲ ਮੀਡੀਆ ਉੱਪਰ ਛਾਏ ਰਹੇ ਹਾਲਾਂਕਿ ਆਮ ਆਦਮੀ ਪਾਰਟੀ ਇਸ ਨੂੰ ਨਕਾਰ ਚੁੱਕੀ ਹੈ ਪਹਿਲਾਂ ਇਸ ਕਮੇਟੀ ਬਾਰੇ ਸਮਝੋ ਕਿ ਇਹ ਹੈ ਕੀ ਹੈ ਪੰਜਾਬ ਸਰਕਾਰ ਵੱਲੋਂ ਜਨਤਕ ਮਹੱਤਵ ਨਾਲ ਸੰਬੰਧਿਤ ਪ੍ਰਸ਼ਾਸਕੀ ਮੁੱਦਿਆਂ ਉੱਤੇ ਸਲਾਹ ਲੈਣ ਲਈ ਇੱਕ ਉੱਚ ਪੱਧਰੀ ਕਮੇਟੀ ਗਠਨ ਕੀਤੀ ਜਾ ਰਹੀ ਹੈ ਸੂਬੇ ਦੇ ਨਵ ਨਿਯੁਕਤ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਕਮੇਟੀ ਦੇ ਗਠਨ ਸੰਬੰਧੀ ਬੁੱਧਵਾਰ ਨੂੰ ਰਾਤ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਕੀ ਹਲਕਿਆਂ ਵਿੱਚ ਇਸ ਕਮੇਟੀ ਦਾ ਮੁਖੀ ਦਿੱਲੀ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਚਰਚਿਤ ਆਗੂ ਨੂੰ ਲਗਾਉਣ ਅਤੇ ਉਸ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤੇ ਜਾਣ ਦੇ ਚਰਚੇ ਨੇ ਇਸ ਕਮੇਟੀ ਨੂੰ ਲਾਭ ਵਾਲੇ ਅਹੁਦੇ ਸੰਬੰਧੀ ਕਾਨੂੰਨ ਦੇ ਦਾਇਰੇ ਹੇਠੋਂ ਕੱਢਣ ਲਈ ਨੋਟੀਫਿਕੇਸ਼ਨ ਵਿੱਚ ਇੱਕ ਤੋਂ ਵੱਧ ਵਾਰੀ ਅਸਥਾਈ ਕਮੇਟੀ ਦੇ ਗਠਨ ਹੋਣ ਦਾ ਜ਼ਿਕਰ ਹੈ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸਰਕਾਰ ਦੇ ਪ੍ਰਸ਼ਾਸਕੀ ਰਫ਼ਤਾਰ ਵਧਾਉਣ ਲਈ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਅਪ੍ਰੈਲ ਮਹੀਨੇ ਦੌਰਾਨ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨਾਲ ਇੱਕ ਨੌਲੇਜ ਸ਼ੇਅਰ ਦਸਤਾਵੇਜ਼ ਤੇ ਹਸਤਾਖਰ ਕੀਤੇ ਸਨ ਇਸ ਮਾਮਲੇ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਨੂੰ ਘੇਰ ਲਿਆ ਸੀ ਇਸ ਦੇ ਉਲਟ ਹਾਕਮ ਧਿਰ ਦੇ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਇਸ ਸਮਝੌਤੇ ਦਾ ਮਕਸਦ ਦਿੱਲੀ ਦੀ ਤਰਜ਼ ਤੇ ਪੰਜਾਬ ਦੀ ਸਿੱਖਿਆ ਅਤੇ ਇਲਾਜ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਆਪ ਆਗੂਆਂ ਦਾ ਦਾਅਵਾ ਸੀ ਕਿ ਇਸ ਸਮਝੌਤੇ ਮਗਰੋਂ ਹੁਣ ਦੋਵੇਂ ਸਰਕਾਰਾਂ ਲੋਕ ਭਲਾਈ ਲਈ ਜ਼ਰੂਰੀ ਅਤੇ ਮਹੱਤਵਪੂਰਨ ਵਿਚਾਰਾਂ ਅਤੇ ਯੋਜਨਾਵਾਂ ਨੂੰ ਆਪਸ ਚ ਆਦਾਨ ਪ੍ਰਦਾਨ ਕਰਨਗੀਆਂ ਆਮ ਆਦਮੀ ਪਾਰਟੀ ਸਰਕਾਰ ਦੇ ਇਸ ਫੈਸਲੇ ਪਿੱਛੇ ਆਖਰ ਕੀ ਮਨਸ਼ਾ ਹੈ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਪਿੱਛੋਂ ਹੁਣ ਛੱਡੇ ਇਸ ਨਵੇਂ ਸ਼ਗੂਫੇ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਪੰਜਾਬ ਸਰਕਾਰ ਦੇ ਕੰਮ ਵਿੱਚ ਬਾਹਰੀ ਦਖਲ ਦਾ ਮਸਲਾ ਦੱਸ ਸਵਾਲ ਚੁੱਕੇ ਨੇ ਤਾਂ ਪੰਜਾਬ ਕਾਂਗਰਸ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਬਹਾਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਭਗਵੰਤ ਮਾਨ ਦਾ ਇੱਕ ਹੋਰ ਅਪਮਾਨ ਤੇ ਪੰਜਾਬ ਦੇ ਲੀਡਰਾਂ ਦੇ ਅਧਿਕਾਰਾਂ ਤੇ ਕਬਜ਼ਾ ਇਹ ਅਖੌਤੀ ਕਮੇਟੀ ਦਿੱਲੀ ਵਰਗੇ ਲੀਡਰਾਂ ਦੇ ਕੰਟਰੋਲ ਨੂੰ ਜਾਇਜ਼ ਠਹਿਰਾਉਣ ਲਈ ਹੈ ਇਹ ਕਮੇਟੀ ਰਾਘਵ ਚੱਡਾ ਅਤੇ ਉਸ ਵਰਗੇ ਲੀਡਰਾਂ ਲਈ ਪੰਜਾਬ ਦਾ ਪ੍ਰਸ਼ਾਸਨ ਚਲਾਉਣ ਲਈ ਰਾਹ ਪੱਧਰਾ ਕਰੇਗੀ ਇਸ ਨੇ ਸਾਡੇ ਮੁੱਖ ਮੰਤਰੀ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਸਲ ਵਿੱਚ ਇਸ ਫੈਸਲੇ ਪਿੱਛੇ ਮਨਸ਼ਾ ਇਹ ਜ਼ਾਹਰ ਕਰਦੀ ਹੈ ਕਿ ਰਾਘਵ ਚੱਡਾ ਨੂੰ ਡਿਪਟੀ ਸੀਐਮ ਬਣਾਉਣ ਦੀ ਤਿਆਰੀ ਹੈ ਸੋਸ਼ਲ ਮੀਡੀਆ ਉੱਪਰ ਇਸ ਗੱਲ ਦੇ ਖੂਬ ਚਰਚੇ ਨੇ ਕੁਲਦੀਪ ਸਿੰਘ ਨੇ ਲਿਖਿਆ ਕਿ ਜੇਕਰ ਰਾਘਵ ਚੱਡਾ ਡਿਪਟੀ ਸੀਐਮ ਬਣਿਆ ਤਾਂ ਪੰਜਾਬ ਵਿੱਚ ਆਪ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਦੀ ਚਰਚਾ ਨੂੰ ਮਹਿਜ ਅਫਵਾਹ ਦੱਸ ਕੇ ਨਕਾਰ ਦਿੱਤਾ ਹੈ ਤੇ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਤਾਂ ਸਵਾਲ ਉੱਥੇ ਹੀ ਆ ਕੇ ਖੜਾ ਹੈ ਕਿ ਕੀ ਭਗਵੰਤ ਮਾਨ ਮਹਿਜ ਮਖੌਟਾ ਨੇ ਅਸਲ ਸਰਕਾਰ ਦਿੱਲੀ ਤੋਂ ਹੀ ਚੱਲ ਰਹੀ ਹੈ ਪਰ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਦੇ ਮਨਸੂਬਿਆਂ ਦਾ ਰਿਐਕਸ਼ਨ ਕੀ ਹੋ ਸਕਦਾ ਹੈ ਇਸ ਦੀ ਝਲਕ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲ ਗਈ ਹੋਵੇਗੀ ਜੇਕਰ ਤੁਸੀਂ ਸਟੱਡੀ ਜਾਂ ਇਮੀਗ੍ਰੇਸ਼ਨ ਬੇਸਿਸ ਤੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਚਿੰਤਾ ਦੀ ਕੀ ਗੱਲ ਗਲੋਬਲ ਵਾਈਜ਼ ਸਟੱਡੀ ਅਬਰਾਡ ਕੰਸਲਟੈਂਟਸ ਤੁਹਾਡੀ ਹਰ ਕਦਮ ਤੇ ਮਦਦ ਕਰੇਗਾ ਫ੍ਰੀ ਕਰੀਅਰ ਕਾਉਂਸਲਿੰਗ ਹੋਵੇ ਸਟੂਡੈਂਟ ਐਡਮਿਸ਼ਨ ਜਾਂ ਸਟੱਡੀ ਰਿਪੋਰਟ ਹੋਵੇ ਆਈਐਲਟੀਐਸ ਕੋਚਿੰਗ ਹੋਵੇ ਸਟੂਡੈਂਟ ਲੋਨ ਹੋਵੇ ਪ੍ਰੀ ਡਿਪਾਰਚਰ ਬ੍ਰੀਫਿੰਗ ਅਕੋਮੋਡੇਸ਼ਨ ਪੇਰੈਂਟਸ ਦੇ ਨਾਲ ਫਾਲੋ ਅਪ ਮਾਈਗ੍ਰੇਸ਼ਨ ਸਰਵਿਸਿਜ਼ ਇਥੋਂ ਤੱਕ ਕਿ ਇੰਟਰਨਸ਼ਿਪ ਪ੍ਰੋਗਰਾਮ ਮਾਈ ਕਾਲਜ ਐਪਲੀਕੇਸ਼ਨ ਐਂਡ ਵੀਜ਼ਾ ਪ੍ਰੋਸੈਸ ਵਾਸ ਡਨ ਵਿਦ ਦੇਅਰ ਹੈਲਪ ਓਨਲੀ ਮਾਈ ਐਕਸਪੀਰੀਅੰਸ ਹੇਅਰ ਵਾਸ ਵੈਰੀ ਗ੍ਰੇਟ ਇਟ ਵਾਸ ਅ ਸਮੂਥ ਪ੍ਰੋਸੈਸ ਦੇਅਰ ਵਰ ਨੋ ਡਿਫਿਕਲਟੀਜ਼ ਆਈ ਰੀਸੀਵਡ ਮਾਈ ਵੀਜ਼ਾ ਵਿਦ ਇਨ 70 ਡੇਜ਼ ਫਰੋਮ ਗੈਟਿੰਗ ਐਨ LOA ਫਰੋਮ ਦ ਕਾਲਜ ਟੂ ਗੈਟਿੰਗ ਦ ਪੋਰਟ ਆਫ ਐਂਟਰੀ ਔਰ ਦ ਕੈਨੇਡੀਅਨ ਵੀਜ਼ਾ ਆਲ ਦ ਪ੍ਰੋਸੈਸ ਵਾਸ ਡਨ ਸਮੂਥਲੀ ਵਿਦ ਦੀ ਹੈਲਪ ਆਫ ਦੀ ਏਜੰਟਸ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।